ਮੂਸੇ ਵਾਲੇ ਦੇ ਫੈਨ ਨੇ ਮੰਦਿਰ 'ਚ ਚੜ੍ਹਾਏ 51,000 ਰੁਪਏ। ਨਿੱਕੇ ਸਿੱਧੂ ਦੀ ਆਉਣ ਦੀ ਖੁਸ਼ੀ 'ਚ ਕੀਤਾ ਮਹਾਦਾਨ। ਸਿੱਧੂ ਦੇ ਕਤਲ ਯਾਨੀ 29 ਮਈ ਨੂੰ ਹੀ ਸੁੱਖ ਲਈ ਸੀ ਸੁੱਖਣਾ। ਨਿੱਕੇ ਸਿੱਧੂ ਦੇ ਆਉਣ ਤੇ ਪੂਰੀ ਕੀਤੀ ਸੁੱਖਣਾ। ਇਸ ਫੈਨ ਦਾ ਪੂਰਾ ਪਰਿਵਾਰ ਹੈ ਸਿੱਧੂ ਦਾ ਮੁਰੀਦ। ਤਾਂ ਫਜ਼ਿਲਕਾ ਦਾ ਰਹਿਣ ਵਾਲਾ ਇਹ ਨੌਜਵਾਨ ਜੋ ਸਿੱਧੂ ਮੂਸੇ ਵਾਲੇ ਦਾ ਕੱਟੜ ਫੈਨ ਸੀ, 29 ਮਈ ਜੋ ਕਿ ਬਾਲੀਵੁੱਡ ਇੰਡਸਟਰੀ ਦੇ ਲਈ ਕਾਲਾ ਦਿਨ ਮੰਨਿਆ ਜਾਂਦਾ ਹੈ ਕਿਉਂਕਿ 29 ਮਈ 2022 ਨੂੰ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਫੈਨ ਦੇ ਨਾਲ ਨਾਲ ਕਈ ਲੋਕਾਂ ਨੂੰ ਠੇਸ ਪਹੁੰਚੀ ਤੇ ਇਸ ਫੈਨ ਨੂੰ ਵੀ ਕਾਫੀ ਵੱਡਾ ਝਟਕਾ ਲੱਗਿਆ ਸੀ। ਇਸਨੇ ਰੋਟੀ ਪਾਣੀ ਖਾਣੀ ਛੱਡਤੀ ਸੀ ਅਤੇ ਪਰਿਵਾਰ ਜਿਹੜਾ ਇਸਦਾ ਪੂਰਾ ਉਹ ਸਿੱਧੂ ਦਾ ਕੱਟੜ ਫੈਨ ਹੈ। ਹਰੇਕ ਇਸਦੀ ਗੱਡੀ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਬਣੀ ਹੋਈ ਹੈ। ਰਿੰਗ ਟੋਨ ਤੋਂ ਲੈ ਕੇ ਹਰੇਕ ਚੀਜ਼ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਹੈ ਇਸ ਸ਼ਖਸ ਦੀ। ਤਾਂ ਇਸ ਸ਼ਖਸ ਨੇ 29 ਮਈ 2022 ਨੂੰ ਹੀ ਸੁੱਖਣਾ ਸੁੱਖ ਲਈ ਸੀ ਕਿ ਸਿੱਧੂ ਮੂਸੇ ਵਾਲਾ ਮੁੜ ਆਵੇ ਕਿਸੇ ਵੀ ਰੂਪ 'ਚ, ਤਾਂ ਉਹ ਮੰਦਿਰ ਦੇ ਵਿੱਚ 51,000 ਰੁਪਏ ਦਾਨ ਕਰੇਗਾ। ਤਾਂ ਇਸ ਫੈਨ ਦੀ ਅੱਜ ਜਦ ਸੁੱਖਣਾ ਪੂਰੀ ਹੋਈ ਤਾਂ ਇਸਨੇ 51,000 ਰੁਪਏ ਮੰਦਿਰ ਦੇ ਵਿੱਚ ਦਾਨ ਕੀਤੇ ਨੇ। ਫਜ਼ਿਲਕਾ ਦਾ ਰਹਿਣ ਵਾਲਾ ਇਹ ਨੌਜਵਾਨ ਜੋ ਕਿ ਸਿੱਧੂ ਦਾ ਕੱਟੜ ਫੈਨ ਹੈ, ਇਸਦੇ ਪਿਤਾ ਵੀ ਇਸਦੇ ਨਾਲ ਰਹੇ ਜਦੋਂ ਇਸਨੇ ਆਪਣੀ ਇਹ ਸੁੱਖਣਾ ਪੂਰੀ ਕੀਤੀ। ਤਾਂ ਆਓ ਸਿੱਧੂ ਦੇ ਇਸ ਕੱਟੜ ਫੈਨ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰਾ ਨਾਂ ਜੀ ਮਣੀ ਨਾਗਪਾਲ। ਸਿੱਧੂ ਮੂਸੇਵਾਲੇ ਦੀ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਇਹ ਦਾਨ ਕੀਤਾ ਗਿਆ। ਜਦੋਂ ਉਹ ਗਿਆ ਸੀਗਾ ਤਾਂ ਇੰਨਾ ਕੁ ਦੁੱਖ ਲੱਗਿਆ ਸੀ ਨਾ, ਕਿੰਨੇ ਦਿਨ ਤਾਂ ਰੋਟੀ ਨਹੀਂ ਸੀ ਚੰਗੀ ਲੱਗੀ ਜੀ। ਪਰ ਉਦੋਂ ਮੰਗਲਵਾਰ ਆ ਕੇ ਬਜਰੰਗ ਬਲੀ ਦੀ ਅਰਦਾਸ ਕੀਤੀ ਸੀਗੀ, ਰੱਬਾ ਜੇ ਇੱਕ ਵਾਰੀ ਉਹ ਵਾਪਸ ਆ ਜਾਊਗਾ ਤਾਂ 51,000 ਰੁਪਏ ਡੋਨੇਟ ਕਰਾਂਗੇ। ਅਤੇ ਅੱਜ ਪਰਸੋਂ ਸੁਣੀ ਨਿਊਜ਼ ਆ ਵੀ ਚਿੰਤਪੁਰ ਨਹੀਂ ਜਾ ਰਿਹਾ ਸੀ, ਵਾਪਸ ਆ ਗਿਆ। ਅਤੇ ਬੜੀ ਕਾਹਲੀ ਸੀ ਵੀ ਜਲਦੀ ਮੰਗਲਵਾਰ ਆਏ ਅਤੇ ਅਸੀਂ 51,000 ਦੇ ਕੇ ਬਜਰੰਗ ਬਲੀ ਦਾ ਸ਼ੁਕਰ ਅਦਾ ਕਰੀਏ ਕਿ ਹੇ ਬਜਰੰਗ ਬਲੀ ਤੂੰ ਸਾਡੀ ਮੰਨਤ ਪੂਰੀ ਕਰ ਦਿੱਤੀ। ਅੱਜ ਉਹਦੇ ਜਾਣ ਦੀ ਖੁਸ਼ੀ 'ਚ ਅਸੀਂ ਉਹ ਕੰਮ ਪੂਰਾ ਕੀਤਾ ਜੀ, ਇਹਦੀ ਇੱਛਾ ਪੂਰਨ ਕੀਤੀ ਹੈ। ਇੰਨੀ ਕੁ ਖੁਸ਼ੀ ਹੈ ਕਿ ਉਹ ਮਾਂ ਪਿਓ ਨੂੰ ਇੱਕ ਜਵਾਕ ਉਹਨਾਂ ਦਾ ਦੁਬਾਰਾ ਮਿਲ ਗਿਆ ਜੀ, ਨਹੀਂ ਤਾਂ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਕੁਝ ਸੁਣਨਾ ਪਿਆ ਸੀ। ਅੱਜ ਉੱਥੇ ਭੰਗੜੇ ਪੈ ਰਹੇ ਨੇ, ਬੜੀ ਖੁਸ਼ੀ ਹੈ ਉਹਨਾਂ ਵਾਸਤੇ ਅਤੇ ਸਾਡੇ ਵਾਸਤੇ ਉਹਨਾਂ ਨੂੰ ਵੇਖ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ। ਸਾਡੀ ਹਰ ਕਾਰ ਦੇ ਪਿੱਛੇ ਸਿੱਧੂ ਮੂਸੇਵਾਲਾ ਬਣਿਆ ਹੈ, ਕਾਰ ਦੇ ਪਿੱਛੇ, ਅਤੇ ਉਹ ਬਣੇ ਹੀ ਰਹੇਗਾ। ਜਿਹੜੀ ਕਾਰ ਨਵੀਂ ਲਾਂਗੇ ਪਹਿਲਾਂ ਉਹਦੀ ਫੋਟੋ ਲਵਾਉਂਦੇ, ਫਿਰ ਬਾਕੀ ਕੰਮ ਕਰਦੇ ਹਾਂ ਅਸੀਂ। ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਫੈਨ ਜੇ, ਕਿੰਨੇ ਸਮੇਂ ਤੋਂ ਉਹਨਾਂ ਗਾਣੇ ਸੁਣ ਰਹੇ? ਉਹ ਡੋਲਰ ਗਾਣੇ ਤੋਂ ਉਹਦੇ ਫੈਨ ਬਣੇ ਸੀ ਅਤੇ ਅਜੇ ਤੱਕ ਫੈਨ ਹੀ ਆ ਹੁੰਦੇ। ਉਹਦੇ ਗਾਣੇ ਉਹਦੇ ਹੀ ਚੱਲਦੇ ਸਾਡੇ ਘਰੇ, ਹੋਰ ਗਾਣੇ ਨਹੀਂ ਚੱਲਦੇ ਕਿਸੇ ਦੇ ਵੀ। ਸਾਡੇ ਨਿੱਕੇ ਨਿੱਕੇ ਜਵਾਕ ਵੀ, ਛੋਟਾ ਜਵਾਕ ਉਹ ਵੀ ਸਿੱਧੂ ਮੂਸੇਵਾਲਾ ਮੂਸੇਵਾਲਾ ਮੂਸੇਵਾਲੇ ਕਰਦੇ ਆ। ਪਰਿਵਾਰ ਨੂੰ ਇਨਸਾਫ ਤਾਂ ਸਰ ਰੱਬ ਨੇ ਦਿੱਤਾ, ਹੋਰ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ, ਨਾ ਕਿਸੇ ਤੋਂ ਦਿੱਤਾ ਗਿਆ। ਵਿਚਾਰੇ ਰੋਂਦੇ ਰਹਿ ਗਏ ਮਾਂ ਪਿਓ ਦੇ, ਖੀਰੀ ਬਜਰੰਗ ਬਲੀ ਨੂੰ ਆ ਕੇ ਉਹਨਾਂ ਨੂੰ ਸਾਫ ਦੇਣਾ ਪਿਆ, ਜਵਾਕ ਉਹਨਾਂ ਦਾ ਵਾਪਸ ਦਿੱਤਾ। ਮੂਸਾ ਪਿੰਡ ਨਹੀਂ ਗਿਆ ਜੀ, ਇੱਛਾ ਬਹੁਤ ਸੀ ਜਾਣ ਦੀ, ਪਰ ਮਨ ਨਹੀਂ ਮੰਨਿਆ ਵੀ ਉੱਥੇ ਜਾ ਕੇ ਕੀ ਕਰੀਏ, ਦਿਲ ਨੂੰ ਹੋਰ ਦੁੱਖ ਹੋਊਗਾ। ਪਰ ਹੁਣ ਜ਼ਰੂਰ ਜਾਵਾਂਗੇ, ਉਹ ਆ ਗਿਆ ਵਾਪਸ, ਹੁਣ ਜਾਵਾਂਗੇ। ਉਹਨਾਂ ਦੀ ਸਿਰਫ ਆਪਾਂ ਜਿਹੜੀ ਪਿੱਕ ਪਾਉਂਦੇ ਜਾਂ ਜੋ ਵੀ ਪਾਉਂਦੇ ਇੰਸਟਾਗ੍ਰਾਮ 'ਤੇ, ਹਰ ਫੋਟੋ 'ਤੇ ਕਮੈਂਟ ਲਾਈਕ ਆਪਣਾ ਜ਼ਰੂਰ ਆਉਂਦਾ ਹੀ ਹੁੰਦਾ, ਕਿ ਉਹਨਾਂ ਨੂੰ ਹੌਸਲਾ ਅਫਜਾਈ ਜ਼ਰੂਰ ਕਰੀ ਦੀ ਵੀ ਅਸੀਂ ਹੈਗੇ ਹਾਂ, ਜੇ ਉਹਦੇ ਭਰਾ ਅਜੇ ਵੀ ਹੈਗੇ, ਪਤਾ ਲੱਗੇ ਵੀ ਮੂਸੇਵਾਲੇ ਨੂੰ ਚਾਹੁਣ ਵਾਲੇ ਕਿੰਨੇ। ਅੱਜ ਸ਼ਾਮ ਨੂੰ ਸਮਝੋ ਸਾਡੀ ਦੀਵਾਲੀ ਮਨਾਈ ਜਾਏਗੀ, ਇੰਨੇ ਕੁ ਬੰਬ ਫੋੜੇ ਜਾਣਗੇ ਵਾਲੀ ਗਲੀ ਵੀ ਯਾਦ ਕਰਕੇ ਕਿ ਵਾਕਿਆ ਅੱਜ ਮੂਸੇਵਾਲਾ ਆਉਣ ਦੀ ਖੁਸ਼ੀ ਅੱਜ ਹੀ ਮਨਾਈ ਹੈ। ਮੈਂ ਇਹ ਦੇਣਾ ਚਾਹਾਂਗੇ ਕਿ ਵੇਖੋ ਆਪਣਾ ਇੰਨਾ ਕੁ ਪਿਆਰ ਸੀ, ਜਿੰਨਾ ਕੁ ਆਪਾਂ ਰੋਏ, ਤਾਂ ਰੱਬ ਨੇ ਆਪਣੀ ਸੁਣ ਕੇ ਉਹ ਕੰਮ ਕਰਤਾ ਜਿਹੜਾ ਹੋ ਹੀ ਨਹੀਂ ਸਕਦਾ ਸੀ। ਮੈਂ ਜੀ ਠੇਕੇਦਾਰ ਹਾਂ ਜੀ।
ਅਬੋਹਰ ਦੇ ਆਪਣੇ ਕੋਲ ਟਰਾਂਸਪੋਰਟੇਸ਼ਨ ਦੇ ਠੇਕੇ ਹੈ, ਆਪਣੇ ਕੋਲ 5 ਗੱਡੀਆਂ ਹੈ। ਪਿੱਟੂ ਲਾਂਗ ਪਾਸ ਕੁਛ ਕਰਦੇ ਨੇ ਬੇਟੇ, ਠੀਕ ਹੀ ਕਰਦੇ ਨੇ, ਸੋਚ ਸਮਝ ਕੇ ਕਰਦੇ ਨੇ। ਆਹ ਜੋ ਇਹ ਨਾ ਮੰਨਿਆ ਆਹਦੇ ਬਾਬੇ ਛੜਾ ਛੜਾ ਤੀ ਬਾਬਾ, ਮੈਨੇ ਖੁਸ਼ ਬੱਚੇ ਜਿਵੇਂ ਖੁਸ਼ ਨਹੀਂ ਹੋਏ ਆਪਾਂ ਖੁਸ਼। ਕਾਫੀ ਰੋਂਦਾ ਸੀ ਵੀ ਅਸੀਂ ਹੋ ਗਿਆ ਫਲਾਣਾ ਹੋ ਗਿਆ, ਮੰਨਤ ਮੰਨਿਆ ਪਾਪਾ, ਮੈਂ ਕਿਹਾ ਠੀਕ ਹੈ ਮੰਨਿਆ ਤੇ ਗੱਲ ਤੇਰੀ, ਰੱਬ ਪੂਰੀ ਕਰੇਗਾ ਜੀ, ਹੋ ਗਈ ਤਾਂ ਮੈਂ ਠੀਕ ਹੈ, ਚੜਾ ਤੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ ਕਿਸੇ ਨਾਲ, ਕੋਈ ਆਪਣੀ ਲੜਾਈ ਨਹੀਂ, ਕੋਈ ਝਗੜਾ ਨਹੀਂ। ਲੜਕਾ ਸੀ ਬੜੀ ਵਧੀਆ, ਉਹਦੇ ਗਾਣੇ ਸੁਣਦੇ ਨੇ, ਛੋਟੇ ਪੋਤਰਾ ਵੀ ਮੇਰਾ ਹੀ ਸੁਣਦੇ ਜ਼ਿਆਦਾ, ਉਹਦੇ ਗਾਣੇ ਸੁਣ ਕੇ ਜ਼ਿਆਦਾ ਖੁਸ਼ ਰਹਿੰਦੇ ਨੇ। ਕਈ ਬਸ ਮਨ ਮਹਿਸੂਸ ਹੁੰਦਾ ਵੀ ਕੀ ਹੋ ਗਿਆ, ਇਕੱਲਾ ਇਕੱਲਾ ਹੈਗਾ ਵਿਚਾਰਾ, ਮਾਂ ਪਿਓ ਦਾ ਕੀ ਬਣੇ, ਪਰਮਾਤਮਾ ਨੇ ਭੇਜਤਾ ਸਭ ਕੁਛ ਸੈੱਟ ਹੋ ਗਿਆ, ਆਪੇ ਹੋਣਾ ਗਾ ਵੇਖੋ, ਉਹਦੀ ਆਸ 'ਤੇ ਅਗਲੇ ਜੀ ਕੇ ਉਹਨੂੰ ਸਾਂਭ ਲੈਣ ਗਿਆ ਬੱਚੇ ਨੂੰ। ਖੁਸ਼ੀ ਕਿੰਨੀ? ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਜੀ, ਬਹੁਤ ਹੀ ਜ਼ਿਆਦਾ ਖੁਸ਼ੀ, ਨਾ ਜੀ ਨਾ ਕਦੀ ਨਹੀਂ ਮਿਲੇ, ਨਾ ਕੋਈ ਲੈਣ ਦੇ, ਬਸ ਅਸੀਂ ਸਿੱਧੇ ਵੈਸੇ ਫੈਨ ਹੋਏ ਲੜਕੇ। ਇਹ ਮੰਨਤ ਮੰਨੀ ਕਦੋਂ ਸੀਗੀ? ਇਹ ਮੰਨਤ ਅੱਜ ਤੋਂ 2 ਸਾਲ ਪਹਿਲੇ ਉਹਦੇ ਮੰਨੀ ਜਦੋਂ ਗਿਆ, ਉਸ ਤੋਂ ਬਾਅਦ ਇਹ ਪਰਮਾਤਮਾ ਇਹਨਾਂ ਦਾ ਸੋਚ ਕੇ ਇਹਨਾਂ ਨੂੰ ਸਾਫ਼ ਦੁਆ ਪੂਰੀ ਇਹਨਾਂ ਦੇ ਕਰੇ, ਖੁਸ਼ੀ ਅੱਜ ਲਿਆ ਜਿਹੜੇ ਲੋਕ ਯਾਦ ਰੱਖਣ, ਅੱਜ ਖੁਸ਼ੀ ਹੈ, ਅੱਜ ਖੁਸ਼ੀ ਹੋ ਗਈ। ਤਾਂ ਸਵੇਰ ਨਾਲ ਪਹਿਲੇ ਇਹੀ ਕੰਮ ਕੀਤਾ, ਕਹਿੰਦਾ ਪਾਪਾ ਹੋਰ ਕੰਮ ਨਹੀਂ ਕਰਨਾ, ਤਾਂ ਪਹਿਲੇ ਆਪਾਂ ਚੜਾ ਕੇ ਆਉਣੀ ਮੰਨਤ ਪੂਰੀ ਕਰਕੇ। ਤਾਂ ਅੱਜ ਗੱਲ ਬਾਬੇ ਦਾ ਬਹੁਤ ਵਧੀਆ ਸ਼ੁਕਰੀਆ, ਬਾਬੇ ਜਿੱਤਾ ਹੀ ਖਾਈ ਜਾਂਦੇ, ਸਾਡੇ ਕੋਲ ਕੀ ਹੈ, ਕੁਝ ਵੀ ਨਹੀਂ, ਰੱਬ ਨੇ ਵਧੀਆ ਕੰਮ ਚਲਾ ਅਤੇ ਵਧੀਆ ਸਭ ਕੁਝ ਹੈਗਾ। 51,000 ਰੁਪਏ ਦਾਨ ਕੀਤਾ ਜੀ, ਹੁਣ ਸੀਜ਼ਨ ਚੱਲੇਗਾ, ਸੀਜ਼ਨ ਤੋਂ ਬਾਅਦ ਅੱਗੇ ਹੋਰ ਦੂਜੇ ਬਾਬੇ ਦੇ ਵੀ ਕਰਾਂਗੇ ਦਾਨ, ਸਭ ਕੁਛ ਸੈਟ ਸਫਾਈ ਰਵੇ ਆਪਦਾ, ਆਦਿ ਆਦਿ ਜੀਨ ਖਾਣ ਪੀਣ ਆਪਾਂ ਦੇਖੀ ਲੈਣ। ਬੰਦਾ ਜਿਹੜਾ ਹੈਗਾ ਦੁਨੀਆਂ ਤੋਂ ਚਲਾ ਜਾਂਦਾ, ਉਹਦੀ ਯਾਦ ਵਿੱਚ ਇਹਨਾਂ ਨੇ ਮੰਨਤ ਮੰਨੀ ਵੀ ਉਹ ਇੱਕ ਵਾਰੀ ਫਿਰ ਆ ਜਾਏ, ਅਤੇ ਦੇਖੋ ਪਰਮਾਤਮਾ ਨੇ ਕਿਰਪਾ ਕੀਤੀ, ਹਨੂੰਮਾਨ ਜੀ ਮਹਾਰਾਜ ਨੇ ਕਿਰਪਾ ਕੀਤੀ, ਉਹ ਫਿਰ ਮਤਲਬ ਕਿ ਵਾਪਸ ਆ ਗਿਆ ਇਸ ਦੁਨੀਆਂ 'ਚ, ਠੀਕ ਹੈ। ਉਹਦੀ ਜਿਹੜੀ ਮੰਨਤ ਨੂੰ ਪੂਰੀ ਕਰਨ ਵਾਸਤੇ ਅੱਜ ਇਹ ਮੰਦਰ ਪਹੁੰਚੇ ਨੇ, ਅਤੇ ਪਰਮਾਤਮਾ ਹਨੂੰਮਾਨ ਜੀ ਮਹਾਰਾਜ ਇਹਨਾਂ ਦੀ ਮੰਨਤਾਂ ਹੋਰ ਵੀ ਅੱਗੇ ਜੋ ਵੀ ਮੰਗਣ ਪੂਰੀਆਂ ਕਰਨ, ਅਤੇ ਵਿਸ਼ਵਾਸ ਵੀ ਅਟੁੱਟ ਵਿਸ਼ਵਾਸ ਹੁਣ ਬਣ ਗਿਆ ਬਾਬਾ ਜੀ 'ਤੇ, ਵੀ ਜੇਕਰ ਆਪਾਂ ਸੱਚਾ ਦਰਬਾਰ ਹੈ, ਜੋ ਮੰਗਾਂਗੇ ਆਪਾਂ ਨੂੰ ਮਿਲਦਾ ਹੈ, ਅਤੇ ਇਹਨਾਂ ਨੂੰ ਮਿਲਿਆ ਜੋ ਵੀ। ਅੱਜ ਨਾਗਫਲ ਪਰਿਵਾਰ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਫਾਜ਼ਿਲਕਾ 'ਚ ਪਹੁੰਚਿਆ, ਆਪਦੀ ਮਨੋਕਾਮਨਾ ਪੂਰਨ ਹੋਣ ਦੇ ਹੇਤੂ ਉਹਨਾਂ ਨੇ 51,000 ਦਾ ਦਾਨ ਦਿੱਤਾ ਹੈ। ਮੰਦਿਰ ਕਮੇਟੀ ਇਹਨਾਂ ਹਾਰਦਿਕ ਧੰਨਵਾਦ ਕਰਦੀ ਹੈ, ਅਤੇ ਜੋ ਇਹਨਾਂ ਨੇ ਮਨੋਕਾਮਨਾ ਮੰਨੀ, ਯਾਨੀ ਕਿ ਜਿਵੇਂ ਨਾਗਪਾਲ ਜੀ ਨੇ ਵੀ ਦੱਸਿਆ, ਰਜਿੰਦਰ ਜੀ ਨੇ ਵੀ ਦੱਸਿਆ ਕਿ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਅੱਜ ਤੋਂ 2 ਸਾਲ ਪਹਿਲਾਂ ਇਸ ਕਹਿੰਦੇ ਨੇ ਦੁਨੀਆਂ ਨੂੰ ਰਵਾਨਗੀ ਦੇ ਗਿਆ ਸੀ, ਉਹਦੇ ਪੁਣ ਵਾਪਸ ਆਉਣ ਦੀ ਖੁਸ਼ੀ 'ਚ ਇਹਨਾਂ ਦੇ ਵੱਲੋਂ 51,000 ਦਾ ਦਾਨ ਦਿੱਤਾ ਗਿਆ ਹੈ। ਅਤੇ ਮੈਂ ਹਨੂੰਮਾਨ ਜੀ ਮਹਾਰਾਜ ਨੂੰ ਇਹੋ ਪ੍ਰਾਰਥਨਾ ਕਰਦਾ ਕਿ ਜਿਸ ਵੀ ਸ਼ਰਧਾ ਨਾਲ ਇਹ ਦਾਨ ਦਿੱਤਾ ਗਿਆ, ਬਾਬਾ ਜੀ ਖਜ਼ਾਨੇ ਭਰਪੂਰ ਕਰਨ, ਅਤੇ ਦਿਨ ਦੁੱਗਣੀ ਰਾਤ ਚੌਗਣੀ ਪਰਿਵਾਰ ਨੂੰ ਤਰੱਕੀ ਦੇਣ, ਉਸ ਛੋਟੇ ਬਾਲਕ ਨੂੰ, ਉਸ ਛੋਟੇ ਬੱਚੇ ਨੂੰ ਸਵਸਥਤਾ ਪ੍ਰਦਾਨ ਕਰਨ, ਅਤੇ ਇਸੇ ਤਰ੍ਹਾਂ ਹੀ ਉਹ ਬਾਬਾ ਜੀ ਦੀ ਸੇਵਾ ਕਰਦੇ ਰਹਿਣ।